ਹੈ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਹਰਗੋਬਿੰਦਪੁਰਾ 21 ਨੰਬਰ ਵਾਰਡ ਦੇ ਵਿੱਚ ਜਿੱਥੇ ਕਿ ਫਿਰ ਜਨਤਾ ਨੂੰ ਪੂਰਾ ਰੋਸ ਆਇਆ ਕਿ ਸਾਨੂੰ ਇੱਥੇ ਫਿਰ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਦਿੱਤਾ ਗਿਆ ਜਿੱਥੇ ਜਿਨ੍ਹਾਂ ਨੇ ਕਈ ਥਾਂ ਤੇ ਜਾ ਕੇ ਕਾਉਂਸਲਰ ਦੇ ਕੋਲ ਵੀ ਦਰਵਾਜ਼ੇ ਖੜਕਾਏ ਉਹ ਕਹਿੰਦੇ ਕਿ ਸਾਨੂੰ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਨਾ ਹੀ ਸਾਨੂੰ ਜਵਾਬ ਤਾਂ ਕੀ ਦੇਣਾ ਸਾਨੂੰ ਕੋਈ ਰਾਸ਼ਨ ਦੇਣ ਦਾ ਵੀ ਕੋਈ ਭਰੋਸਾ ਨਹੀਂ ਦਿੱਤਾ ਤੇ ਜਿੱਥੇ ਪ੍ਰਸ਼ਾਸਨ ਨੇ ਨੰਬਰ ਦਿੱਤੇ ਹੋਏ ਨੇ ਕਿ ਇਸ ਨੰਬਰ ਤੇ ਕਾਲ ਕਰੋ ਤੇ ਅਸੀਂ ਤੁਹਾਨੂੰ ਰਾਸ਼ਨ ਘਰੇ ਦੇ ਕੇ ਜਾਵਾਂਗੇ ਉਹ ਕਹਿੰਦੇ ਕਿ ਅਸੀਂ ਇੱਥੇ ਵੀ ਕਈ ਵਾਰ ਕਾਲ ਕੀਤਾ ਤੇ ਸਾਨੂੰ ਕਾਫੀ ਸਮਾਂ ਹੋ ਗਿਆ ਉੱਥੇ ਕੰਪਲੇਟਾਂ ਪਈਆਂ ਨੂੰ ਤੇ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਅਵਨਾਸ਼ ਚੰਦਰ ਜੀ ਹਾਂਜੀ ਸਰ ਤੁਸੀਂ ਕਿੱਥੇ ਕਿੱਥੇ ਗਏ ਹੋ ਰਾਸ਼ਨ ਵਾਸਤੇ ਕਿਹਨੂੰ ਕਿਹਨੂੰ ਕਿਹਾ ਤੁਸੀਂ ਇੱਥੋਂ ਫਾਰਮ ਭਰੇ ਸੀ ਆਰਡਰ ਆਇਆ ਸੀ ਉਹਦਾ ਜਿਹੜਾ ਇੱਥੇ ਕੌਂਸਲਰ ਦਾ ਤੇ ਫਾਰਮ ਭਰੇ ਤੇ ਜੋ ਕੰਮ ਆ ਕੇ ਮਿਲੂ ਕੀ ਨਾਮ ਕੌਂਸਲਰ ਦਾ ਦੀਪਕ ਦੀਪਕ ਅੱਛਾ ਜੀ ਕੋਈ ਰਾਸ਼ਨ ਨੇ ਆਇਆ ਕੋਈ ਲੈਣਾ ਨੇ ਦੇਣਾ ਜਿੰਨਾ ਵੀ ਗਰੀਬ ਤਬਕਾ ਸਭ ਮਤਲਬ ਕੌਂਸਲਰ ਤੋਂ ਇਲਾਵਾ ਤੁਸੀਂ ਹੈਲਪਲਾਈਨ ਨੰਬਰ ਤੇ ਨਹੀਂ ਕਾਲ ਕੀਤੀ ਪ੍ਰਵਾਸੀਆਂ ਨੂੰ ਮੈਸੇਜ ਆਉਂਦਾ ਮੈਸੇਜ ਆਉਣ ਤੋਂ ਬਾਅਦ ਉਹ ਜਾਂਦੇ ਆ ਉਹਨਾਂ ਨੂੰ ਕੁਛ ਨਹੀਂ ਮਿਲਦਾ ਉਹ ਆ ਕੇ ਫਿਰ ਸਾਨੂੰ ਆ ਕੇ ਕਹਿੰਦੇ ਆ ਕਿ ਬਾਊ ਜੀ ਕੁਛ ਨਹੀਂ ਮਿਲਦਾ ਨਾ ਕੋਈ ਚੀਜ਼ ਨਾ ਲੈਣਾ ਦੇਣਾ ਕਿਸੇ ਦੀ ਕੋਈ ਸੁਣਵਾਈ ਨਹੀਂ ਤੇ ਇਹਨਾਂ ਨੇ ਕੰਪਲੇਂਟ ਕਿਸੇ ਨੇ ਪਾਈ ਹੋਵੇ ਕੰਪਲੇਂਟ 112 ਤੇ ਪਾਉਂਦੇ ਜੀ ਰਾਸ਼ਨ ਦਾ ਪਰ ਕੋਈ ਸੁਣਵਾਈ ਕੁਛ ਨਹੀਂ ਹੋ ਰਹੀ ਹੈ ਉਲਟਾ ਆ ਕੇ ਸਾਨੂੰ ਆ ਕੇ ਪੁੱਛਦੇ ਆ ਕਿ ਤੁਸੀਂ ਮੱਲੇ ਦੇ ਮੇਨ ਬੰਦੇ ਹੋ ਜੀ ਦੱਸੋ ਸਾਡਾ ਹੱਲ ਕਰੋ ਅਸੀਂ ਕਿੰਨਾ ਕਰ ਸਕਦੇ ਹਾਂ ਕਿਉਂਕਿ ਪ੍ਰਵਾਸੀ ਮਜ਼ਦੂਰ ਇੱਥੇ ਹੱਦ ਤੋਂ ਜ਼ਿਆਦਾ ਇਹ ਏਰੀਆ ਹੀ ਪ੍ਰਵਾਸੀ ਮਜ਼ਦੂਰਾਂ ਦਾ ਪਰ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲਦੀ ਪਰੇਸ਼ਾਨ ਕੁਝ ਜ਼ੋਰ ਤੋਂ ਜ਼ਿਆਦਾ ਇੱਥੇ ਕਿੱਥੇ ਕਿੱਥੇ ਤੁਸੀਂ ਕੰਪਲੇਂਟ ਪਾਈ ਹੈ ਜਿੱਥੇ ਰਾਸ਼ਨ ਮਿਲਦਾ ਜਿਹੜੇ ਹੈਲਪਲਾਈਨ ਨੰਬਰ ਤੇ ਨਹੀਂ ਕਾਲ ਕੀਤੀ ਤੁਸੀਂ ਉਹ ਹੈਲਪਲਾਈਨ ਨੰਬਰ ਨੂੰ ਨੰਬਰ ਕਰਦੇ ਇਹ ਵੀ ਠਾਣਾ ਇਹ ਕਹਿੰਦੇ ਤੁਸੀਂ ਜਾਓ ਤੋ ਜਾਓ ਵੀ ਮਿਲਨੇ ਨਹੀਂ ਦੌੜਦੇ ਰਹਿੰਦੇ ਰਹਿੰਦੇ ਆਪਾਂ ਯਾਨੀ ਕਿ ਕੋਈ ਸੁਣਵਾਈ ਨਹੀਂ ਤੇ ਵਾੜਾ ਮੋਟਾ ਫੈਕਟਰੀ ਕਰਦੇ ਕੰਮ ਉਹ ਵੀ ਬੰਦ ਕਈ ਪ੍ਰੋਗਰਾਮ ਹੈ ਰਾਸ਼ਨ ਤੇ ਤੁਸੀਂ ਆਪਣੀ ਮਜਬੂਰੀ ਕੋਈ ਕਾਉਂਸਲਰ ਵਗੈਰਾ ਕਿਸੇ ਹੋਰ ਨੂੰ ਤੁਸੀਂ ਚੌਂਕੀ ਵਿੱਚ ਗਿਆ ਉਹ ਕਹਿੰਦੇ ਕਿ ਅਗਰ ਤੁਸੀਂ ਲੈਣਾ ਵੱਡਾ ਫੋਨ ਨਹੀਂ ਚਾਹੀਦਾ ਛੋਟਾ ਫੋਨ ਲੈ ਆਓ ਜੋ ਤੁਹਾਨੂੰ ਰਾਸ਼ਨ ਹੋਊਗਾ ਅਸੀਂ ਉਦੋਂ ਉਦੋਂ ਦੇਵਾਂਗੇ ਜਾਣੇ ਆਪਣੇ ਭਾਈ ਆ ਰਹੇ ਨੇ ਬਾਹਰ ਚੁੱਕ ਜਾਣੇ ਉੱਥੇ ਲੈਣਾ 'ਚ ਬੜੇ ਡਰ ਦਿੰਦੇ ਨੇ ਆਪਣਾ ਗਰੀਬ ਬੰਦਾ ਕਿੱਥੇ ਜਾ ਇੰਨੀ ਤੰਗੀ ਆ ਗਈ ਹੈ ਘਰ ਦੇ ਵਿੱਚ ਹੀ ਜਦੋਂ ਜਾਂਦੇ ਨੇ ਕਹਾਂ ਜਾਏਗਾ ਕਰੋ ਸੋਤਾ ਅਗਰ ਕੰਮ ਨਹੀਂ ਜਾਂਦੇ ਵਰਕਰ ਮਾਲਕ ਪੈਸੇ ਦਿੰਦੇ ਜੀ ਜਿਹੜੇ ਦਿੰਦੇ ਨੇ ਖਰਚਾ ਮਾਲਕ ਕਿਰਾਇਆ ਮੰਗਦੇ ਨੇ ਬੰਦਾ ਕਿੱਧਰ ਜਾਵੇ ਕੋਈ ਦੂਰ ਬੰਦਾ ਇਹੀ ਇੰਨੀ ਤੰਗੀ ਆਈ ਹੋਈ ਹੈ ਘਰ ਦੇ ਵਿੱਚ अब तो करना है जो करना है बॉर्डर खोल दो हम लोग खुद ही निकल जाएंगे सैम हम नहीं चाहते हैं मिलता क्या है लोग को जो आता है ना बड़े आदमी को मिलता है हम लोग कुछ नहीं मिलता है क्या मिलता है गली में आवे
देख लो अभी भी देख लो क्या मिला हम लोग को कुछ मिलता है और ਜਾਂਦਾ ਰਹਾ ਕਿ ਕਿੰਨਾ ਗੁੱਸਾ ਆਇਆ ਕਿ ਸਾਨੂੰ ਕੋਈ ਹੈਲਪਲਾਈਨ ਦੇ ਉੱਤੇ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਨਾ ਹੀ ਸਾਨੂੰ ਕਿਸੇ ਦੇ ਕੋਲੋਂ ਕਿਸੇ ਪ੍ਰਸ਼ਾਸਨ ਕੋਲੋਂ ਨਾ ਕਿਸੇ ਐਨਜੀਓ ਦੇ ਕੋਲੋਂ ਇਸ ਟਾਈਮ ਸਾਨੂੰ ਇੱਥੇ ਕੁਝ ਨਹੀਂ ਮਿਲ ਰਿਹਾ ਤੇ ਜੋ ਵੀ ਹੈ ਇਹ ਜਨਤਾ ਦੇ ਵਿੱਚ ਜੋ ਵੀ ਰੋਸ ਆ ਇਹ ਸਾਰਾ ਇੱਕ ਹੈਲਪਲਾਈਨ ਪ੍ਰਸ਼ਾਸਨ ਬੁਲਾਇਆ ਤੇ ਜਾਂ ਇੱਕ ਕੌਂਸਲਰ ਬੁਲਾਇਆ ਆਪਣੇ